ਦੇਸ਼ ਅੰਦਰ ਵੱਧ ਰਹੀਆਂ ਡੀਜ਼ਲ ਪੈਟਰੋਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰੂਪਨਗਰ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਘੋੜੇ ਰੇੜੇ ਉੱਤੇ ਮੋਟਰਸਾਈਕਲ ਲੱਦ ਕੇ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਸੰਜੇ ਵਰਮਾ, ਪੰਜਾਬ ਕਾਂਗਰਸ ਦੇ ਸਪੋਕਸਮੈਨ ਸੁਖਦੇਵ ਸਿੰਘ, ਕੇਂਦਰ ਦੀ ਬੀਜੇਪੀ ਸਰਕਾਰ ਖਿਲਾਫ਼ ਭੜਾਸ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਨੂੰ ਵਧਾਇਆ ਜਾ ਰਿਹਾ ਜਿਸ ਨਾਲ ਆਮ ਆਦਮੀ ਦਾ ਗੁਜ਼ਾਰਾ ਕਰਨਾ ਔਖਾ ਹੋਇਆ। ਇਸ ਮੌਕੇ ਜਦੋਂ ਸੁਖਦੇਵ ਸਿੰਘ ਨੂੰ ਸਵਾਲ ਕੀਤਾ ਤਾਂ ਪੰਜਾਬ ਦੇ ਵਿੱਚ ਪੈਟਰੋਲ ਅਤੇ ਸਭ ਤੋਂ ਵੱਧ ਵੈਟ ਕਾਂਗਰਸ ਸਰਕਾਰ ਵਸੂਲ ਰਹੀ ਹੈ ਤਾਂ ਉਹਨਾਂ ਨੇ ਕੀ ਕੁਝ ਕਿਹਾ ਸੁਣੋ। ਅੱਜ ਅਸੀਂ ਜਿਹੜੀ ਮੋਦੀ ਸਰਕਾਰ ਦੀ ਮਹਿੰਗਾਈ ਬਹੁਤ ਵਧੀ ਹੋਈ ਹੈ ਉਹਦੇ ਖਿਲਾਫ਼ ਅਸੀਂ ਅੱਜ ਰੋਸ ਮੁਜ਼ਾਹਰਾ ਕੀਤਾ ਹੈ ਸਾਰੇ ਕੌਂਸਲ ਸਾਹਿਬਾਨ ਅਤੇ ਸ਼ਹਿਰ ਵਾਸੀਆਂ ਦੇ ਨਾਲ ਇਕੱਠੇ ਹੋ ਕੇ। ਅਤੇ ਮੋਦੀ ਸਰਕਾਰ ਨੇ ਪੈਟਰੋਲ ਦੇ ਰੇਟ ਦੇਖੋ 100 ਰੁਪਏ ਤੋਂ ਉੱਪਰ ਚਲਾ ਗਿਆ ਹੈਗਾ, ਡੀਜ਼ਲ ਵੀ 100 ਰੁਪਏ ਨੂੰ ਹੱਥ ਲਾਉਣੇ ਵਾਲਾ ਹੈਗਾ, ਰਸੋਈ ਗੈਸ ਦੇ ਜਿਹੜੇ 400 ਸਾਢੇ 400 ਦੇ ਕਰੀਬ ਉਹਨਾਂ ਦੀ 800 ਤੋਂ ਉੱਪਰ ਚਲਾ ਗਿਆ। ਅਤੇ ਸਰੋਂ ਦਾ ਤੇਲ ਵੀ ਦੇਖ ਲਓ ਕਿੰਨੇ ਅੱਜ ਰਸੋਈ ਦੀਆਂ ਜਿੰਨੀ ਵੀ ਕੀਮਤੀ ਚੀਜ਼ਾਂ ਵੀ ਹੈ, ਜਿੱਦੀ ਮੋਦੀ ਸਰਕਾਰ ਆਈ ਹੈ ਮੋਦੀ ਸਰਕਾਰ ਨੇ ਅੱਗ ਲਾਈ ਹੋਈ ਹੈ ਵੀ ਰੇਟ ਮਹਿੰਗਾਈ ਦੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਤਾਂ ਅਸੀਂ ਮੋਦੀ ਸਰਕਾਰ ਨੂੰ ਇੱਥੇ ਅਸੀਂ ਮੁਜ਼ਾਹਰਾ ਕੀਤਾ ਹੈਗਾ, ਉਹਦੀ ਹਾਏ ਹਾਏ ਕੀਤੀ ਹੈਗੀ ਹੈ। ਅਤੇ ਮੋਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਲੋਕਾਂ ਵੱਲ ਧਿਆਨ ਦਿੱਤਾ ਜਾਵੇ, ਇਹ ਅਡਾਨੀਆਂ ਅਤੇ ਅੰਬਾਨੀਆਂ ਦੀ ਸਰਕਾਰ ਹੈ, ਉਹਨਾਂ ਨੂੰ ਜਿੰਨੇ ਫਾਇਦੇ ਦਿੰਦੀ ਹੈ ਲੋਕਾਂ ਵਾਸਤੇ ਕੁਛ ਨਹੀਂ ਕਰਦੀ। ਕਦੇ ਕਹਿ ਦਿੰਦੇ 15-15 ਲੱਖ ਰੁਪਏ ਤੁਹਾਡੇ ਖਾਤੇ 'ਚ ਆਉਂਗੇ, ਨਾ ਕੋਈ ਖਾਤਿਆਂ 'ਚ ਕਦੇ ਪੈਸੇ ਆਏ ਹੈ, ਨਾ ਕਦੇ ਕੋਈ ਗੱਲ ਹੋਈ ਹੈ ਕਦੇ। ਅਸੀਂ ਤਾਂ ਇਹ ਜੁਮਲਿਆਂ ਦੀ ਸਰਕਾਰ ਹੈ ਮੋਦੀ ਸਰਕਾਰ, ਚੋਰਾਂ ਦੀ ਸਰਕਾਰ ਕਿਹਾ ਜਾ ਸਕਦਾ ਇਹਨੂੰ, ਜੇ ਜਦੋਂ ਦੀ ਆਈ ਪੈਟਰੋਲ ਦੇ ਰੇਟ ਡੀਜ਼ਲ ਦੇ ਅਸੀਂ ਕਹੋਗੇ ਘੱਟ ਕੀਤੇ ਜਾਣ। ਸੰਜੇ ਜੀ, ਵਿਰੋਧੀ ਪਾਰਟੀਆਂ ਅਕਾਲੀ ਦਲ ਹੋਵੇ ਆਮ ਆਦਮੀ ਪਾਰਟੀ ਹੋਵੇ, ਸਭ ਤੋਂ ਵੱਧ ਜਿਹੜਾ ਟੈਕਸ ਹੈ ਜਿਹੜਾ ਕਾਂਗਰਸ ਸਰਕਾਰ ਨੇ ਡੀਜ਼ਲ ਪੈਟਰੋਲ 'ਤੇ ਲਾਇਆ ਹੋਇਆ ਹੈ, 41.55 ਰੁਪਏ ਟੈਕਸ ਵਸੂਲ ਰਹੀ ਹੈ ਜਿਹੜੀ ਕਾਂਗਰਸ ਸਰਕਾਰ ਆ, 35 ਰੁਪਏ ਬੇਸਿਕ ਰੇਟ ਆ ਜਿਹੜਾ ਪੈਟਰੋਲ ਦਾ, 19.50 ਰੁਪਏ ਜਿਹੜਾ ਸੈਂਟਰ ਦਾ ਟੈਕਸ ਆ, 41.55 ਰੁਪਏ ਟੈਕਸ ਲੈ ਰਹੀ ਹੈ ਪੰਜਾਬ ਸਰਕਾਰ। ਪੰਜਾਬ ਸਰਕਾਰ ਕਿਉਂ ਨਹੀਂ ਆਪਣਾ ਟੈਕਸ ਘਟਾ ਰਹੀ? ਨਹੀਂ, ਸੈਂਟਰ ਦੇ ਸਰਕਾਰ ਦੇ ਰੇਟ ਹੈ ਜੀ ਇਹ ਲੱਗੇ ਹੋਏ, ਸੈਂਟਰ ਸਰਕਾਰ ਟੈਕਸ ਲਗਾ ਰਹੀ ਇਹਦੇ ਪਰ ਜ਼ਿਆਦਾ। ਨਹੀਂ ਨਹੀਂ ਸਰ, 41.55 ਰੁਪਏ ਟੈਕਸ ਪੰਜਾਬ ਸਰਕਾਰ ਲੈ ਰਹੀ ਹੈ ਪੈਟਰੋਲ ਦੇ ਉੱਪਰ। ਸਰ, 5 ਲੱਖ ਕਰੋੜ ਰੁਪਈਆ ਮਹਿੰਗਾਈ ਦੇ ਖਿਲਾਫ, ਡੀਜ਼ਲ ਪੈਟਰੋਲ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹੋ, ਅਕਾਲੀ ਦਲ ਆਮ ਆਦਮੀ ਪਾਰਟੀ ਦੇ ਦੋਸ਼ ਆ ਕਿ ਸਭ ਤੋਂ ਵੱਧ ਜਿਹੜਾ ਟੈਕਸ ਵੈਟ ਜਿਹੜਾ ਹੈਗਾ ਵਸੂਲੀ ਕਾਂਗਰਸ ਵਸੂਲੀ ਹੈ ਪੈਟਰੋਲ ਡੀਜ਼ਲ ਦੇ ਉੱਤੇ 41.55 ਰੁਪਏ, ਉਹਨੂੰ ਕਿਉਂ ਨਹੀਂ ਘਟਾਇਆ ਜਾਂਦਾ? ਦੇਖੋ, ਮੇਰੀ ਇੱਕ ਗੱਲ ਹੈ, ਜਿਹੜੇ ਪਹਿਲਾਂ ਵੀ ਤੁਸੀਂ ਫਿਗਰ ਦਿੱਤੇ ਸੀ ਵੀ 19.25 ਰੁਪਏ ਸਿਰਫ ਸੈਂਟਰ ਗੌਰਮੈਂਟ ਨੂੰ ਟੈਕਸ ਜਾਂਦਾ, ਇਹ ਝੂਠ ਦਾ ਪਲਿੰਦਾ। ਔਰ ਇਹ ਜਿਹੜਾ ਅਕਾਲੀ ਦਲ ਹੈ ਧਰੋਕ ਮਾਰਿਆ ਸੂਬੇ ਨਾਲ। ਦੇਖੋ, ਗੱਲ ਇਹ ਹੈ, ਜਦੋਂ ਸਰਦਾਰ ਮਨਮੋਹਨ ਸਿੰਘ ਨੇ 2014 'ਚ ਸਰਕਾਰ ਛੱਡੀ ਹੈ, 3.40 ਰੁਪਏ ਜਿਹੜਾ ਐਕਸਾਈਜ਼ ਡਿਊਟੀ ਹੁੰਦੀ ਸੀ ਡੀਜ਼ਲ ਦੇ ਉੱਤੇ ਅਤੇ 7.90 ਰੁਪਏ ਹੁੰਦੀ ਸੀ ਪੈਟਰੋਲ ਦੇ ਉੱਤੇ। ਔਰ ਜਿਹੜੀ ਅੱਜ ਡੀਜ਼ਲ ਦੇ ਉੱਤੇ 33.80-70 ਰੁਪਏ ਚਲੀ ਗਈ ਹੈ ਅਤੇ ਪੈਟਰੋਲ ਦੇ ਉੱਤੇ 39 ਰੁਪਏ ਤੋਂ ਵੱਧ ਚਲੀ ਗਈ ਹੈ। ਔਰ ਮੇਰੇ ਖਿਆਲ ਦੇ ਵਿੱਚ ਹਜੇ ਵੀ ਅਕਾਲੀ ਦਲ ਉਹੀ ਸੁਪਨੇ ਲੈ ਰਿਹਾ ਵੀ ਬੀਬਾ ਸਿਮਰਤ, ਹਜੇ ਵੀ ਉਹ ਸ਼ਾਇਦ ਸਮਝਦੇ ਆ ਵੀ ਸੈਂਟਰ ਦੇ ਵਿੱਚ ਵਜ਼ੀਰ ਹੈ ਤਾਂ ਉਹਨੂੰ ਡਿਫੈਂਡ ਕਰ ਰਹੇ ਨੇ। ਔਰ ਦੂਜੀ ਗੱਲ, ਤੁਸੀਂ ਵੈਟ ਦੀ ਕਰਦੇ ਹੋ, ਦੇਖੋ ਸੂਬੇ ਕੋਲ ਸਿਰਫ ਪੈਟਰੋਲ, ਡੀਜ਼ਲ ਅਤੇ ਐਕਸਾਈਜ਼ 3 ਟੈਕਸ ਰਹਿ ਗਏ ਔਰ ਸਾਰੇ ਟੈਕਸ GST ਚਲੇ ਗਏ। ਔਰ GST 'ਚ ਜੋ ਸੈਂਟਰ ਸਾਡਾ ਹਾਲ ਕਰ ਰਿਹਾ ਤੁਹਾਨੂੰ ਸਭ ਨੂੰ ਪਤਾ, ਸਾਡੇ ਬਣਦੇ ਪੈਸੇ ਹਜੇ ਵੀ 10,000 ਕਰੋੜ ਸੈਂਟਰ ਵੱਲ ਖੜ੍ਹਾ, ਉਹ ਸਾਨੂੰ ਮਿਲ ਨਹੀਂ ਰਿਹਾ। ਇਹ ਚਾਹੁੰਦੇ ਨੇ ਵੀ ਸੂਬਾ ਜਮਾਂ ਬਰਬਾਦ ਹੋ ਜਾਏ, ਜੇ ਅੱਜ ਅਸੀਂ ਕਿਸਾਨਾਂ ਨੂੰ ਬਿਜਲੀ ਮੁਫਤ ਦੇ ਰਹੇ ਹਾਂ ਤਾਂ ਇਹ ਟੈਕਸਾਂ ਦੇ ਵਿੱਚੋਂ ਹੀ ਦੇ ਰਹੇ ਹਾਂ। ਜੇ ਅਸੀਂ ਅੱਜ SC ST ਜਾਂ OBC ਨੂੰ ਬਿਜਲੀ ਮੁਫਤ ਦੇ ਰਹੇ ਹਾਂ ਤਾਂ ਉਹ ਵੀ ਇਹਦੇ ਵਿੱਚੋਂ ਹੀ ਦੇ ਰਹੇ ਹਾਂ। ਜੇ ਘੱਟ ਇਨਕਮ ਗਰੁੱਪ ਵਾਲਿਆਂ ਨੂੰ ਬਿਜਲੀ ਮੁਫਤ ਕਰ ਦੇ ਰਹੇ ਹਾਂ ਜਨਰਲ ਕੈਟਾਗਰੀ ਨੂੰ ਤਾਂ ਵੀ ਇਹਦੇ ਵਿੱਚੋਂ ਹੀ ਦੇ ਰਹੇ ਹਾਂ। ਪੈਨਸ਼ਨਾਂ ਮੁਫਤ ਕਿਰਾਇਆ ਲੇਡੀਜ਼ ਨੂੰ, ਔਰ ਜਿਹੜਾ ਚਾਹੇ ਬੁਢਾਪਾ ਪੈਨਸ਼ਨ ਹੋਵੇ ਚਾਹੇ ਸ਼ਗਨ ਸਕੀਮ ਹੋਵੇ, ਸਾਰੇ ਪੈਸੇ ਅਸੀਂ ਸੂਬੇ ਇਹਨਾਂ ਟੈਕਸਾਂ 'ਚ ਦੇਣੇ ਹੁੰਦੇ ਨੇ। ਮਹਿੰਗਾਈ ਨੂੰ ਲੈ ਕੇ ਸ਼ੋਸ਼ੇਬਾਜ਼ੀ ਕਿਉਂ ਆ ਜਦੋਂ ਤੁਸੀਂ ਕਹਿੰਦੇ ਆ ਵੀ ਅਸੀਂ ਸਾਰੇ ਕੁਝ ਖਾ? ਸ਼ੋਸ਼ੇਬਾਜ਼ੀ ਕੋਈ ਨਹੀਂ, 3 ਰੁਪਏ ਅਤੇ 33 ਪੈਸੇ ਜੇ ਫਰਕ ਨਹੀਂ ਤਾਂ ਸਾਡੀ ਸ਼ੋਸ਼ੇਬਾਜ਼ੀ। ਜੇ 3 ਰੁਪਏ 'ਚ 33 ਫਰਕ, 3 ਰੁਪਏ 'ਚ 33 ਰੁਪਏ 'ਚ ਤੁਹਾਨੂੰ ਫਰਕ ਨਹੀਂ ਲੱਗਦਾ ਤਾਂ ਫਿਰ ਜਿਹੜਾ ਹੈਗਾ ਸ਼ੋਸ਼ੇਬਾਜ਼ੀ ਹੈ। ਨਹੀਂ, 30 ਰੁਪਏ ਲੁੱਟ ਕੀਤੀ ਜਾ ਕੇ ਇਹਨਾਂ ਨੇ, ਜਦੋਂ ਕਿ ਇਹ ਨੰਗੇ ਧੜ ਆ ਕੇ ਕਹਿੰਦੇ ਹੁੰਦੇ ਸੀ ਵੀ ਅਸੀਂ ਜਿਹੜਾ ਹੈਗਾ ਆ ਕੇ ਪੈਟਰੋਲ ਦੇ, ਡੀਜ਼ਲ ਦੇ
ਰਸੋਈ ਗੈਸ ਦੇ ਰੇਟ ਘਟਾਵਾਂਗੇ, ਜੇ 30-30 ਰੁਪਏ 32-32 ਰੁਪਏ ਐਕਸਾਈਜ਼ ਡਿਊਟੀ ਲਾਉਣਗੇ, 5 ਲੱਖ ਕਰੋੜ ਰੁਪਏ ਤੋਂ ਵੱਧ ਇਹਨਾਂ ਦੇ ਖਜ਼ਾਨੇ ਚਲਾ ਗਿਆ ਸੈਂਟਰ ਦੇ। ਸਿਰਫ ਜਿਹੜੇ ਤੁਸੀਂ ਵੈਟ ਦੀ ਗੱਲ ਕਰਦੇ ਹੋ, ਸਾਰੇ ਦੇਸ਼ ਦੇ ਸੂਬਿਆਂ ਨੂੰ 1 ਲੱਖ ਕਰੋੜ ਰੁਪਇਆ ਆਇਆ ਔਰ ਉਹਦੇ ਵਿੱਚ ਪੰਜਾਬ ਨੂੰ ਜਿੰਨਾ ਕਿ ਸਾਨੂੰ ਗੁਣਾ ਜਾਇਆ ਉਹ ਤੁਹਾਨੂੰ ਵੀ ਪਤਾ ਹੀ ਹੈ। ਜੇ ਕਾਂਗਰਸ ਇੰਨੀ ਹਮਾਇਤੀ ਹੈ ਲੋਕਾਂ ਦੀ ਡੀਜ਼ਲ ਪੈਟਰੋਲ ਨੂੰ ਲੈ ਕੇ, ਮਹਿੰਗਾਈ ਨੂੰ ਲੈ ਕੇ, ਕਾਂਗਰਸ ਕਿਉਂ ਨਹੀਂ ਰਾਹਤ ਦਿੰਦੀ ਪੰਜਾਬ? ਮੈਂ ਕਹਿੰਦਾ ਕਾਂਗਰਸ ਨੇ ਪਹਿਲਾਂ ਵੀ ਰਾਹਤ ਦਿੱਤੀ ਹੈ ਵੈਟ 'ਤੇ, ਹੁਣ ਵੀ ਦੇਊਗੀ, ਪਰ ਅਸਲ ਰਾਹਤ ਉਦੋਂ ਮਿਲਣੀ ਹੈ ਜਦੋਂ ਐਕਸਾਈਜ਼ ਡਿਊਟੀ ਘਟਣੀ ਹੈ। ਉਹਨਾਂ ਨੂੰ ਆਪਦੀ ਵਜ਼ੀਰੀ ਸੀ ਉਦੋਂ ਐਕਸਾਈਜ਼ ਡਿਊਟੀ ਵਧੀ ਆ ਕੇ, ਔਰ ਅੱਜ 5 ਲੱਖ ਕਰੋੜ ਤੋਂ ਵੱਧ ਸੈਂਟਰ ਸਰਕਾਰ ਦੇ ਐਕਸਟਰਾ ਖਜ਼ਾਨੇ 'ਚ ਜਾ ਚੁੱਕੇ ਹੈ, ਔਰ ਜਿਹੜੇ ਤੁਸੀਂ ਸਾਡੇ ਵੈਟ ਦੀ ਗੱਲ ਕਰਦੇ ਹੋ, ਸਾਰੇ ਦੇਸ਼ ਦੇ ਸੂਬਿਆਂ ਨੂੰ 1 ਲੱਖ ਕਰੋੜ ਰੁਪਇਆ ਆਇਆ, ਉਹਦੇ 'ਚ ਸਾਡਾ ਪੰਜਾਬ ਨੂੰ ਤਾਂ ਨਿਗੂਣਾ ਜਿਹਾ ਹਿੱਸਾ ਆਇਆ। ਅਸੀਂ ਜੇ ਕੁਛ ਆਪਣੀਆਂ ਭਲਾਈ ਦੀਆਂ ਸਕੀਮਾਂ ਕਰਦੇ ਹਾਂ, ਉਹ ਅਸੀਂ ਸਭ ਵੈਟ, ਸਾਡੇ ਕੋਲ ਪੈਟਰੋਲ ਡੀਜ਼ਲ ਅਤੇ 1/3 ਸ਼ਰਾਬ ਦੀ ਐਕਸਾਈਜ਼ ਹੈ, ਸਾਰੇ ਟੈਕਸ GST 'ਚ ਚਲੇ ਗਏ, ਇਸ ਕਰਕੇ ਉਹ ਇਹਨਾਂ ਨੂੰ ਦੁਖਦੇ ਆ, ਇਹ ਪੰਜਾਬ ਦੇ ਸੂਬੇ ਨੂੰ ਭੁੱਖਾ ਮਾਰਨਾ ਚਾਹੁੰਦੇ ਆ, ਅਕਾਲੀ ਦਲ ਵੀ ਅਤੇ ਦੂਜੇ ਵੀ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਦੇ ਆ, ਝੂਠੇ ਆਂਕੜੇ ਦਿੰਦੇ ਆ। ਮੇਰਾ ਇਹਨਾਂ ਆਂਕੜਿਆਂ ਨੂੰ ਚੈਲੰਜ ਹੈ, ਓਪਨ ਚੈਲੰਜ ਹੈ। ਕਾਂਗਰਸ ਕਿਉਂ ਨਹੀਂ ਘਟਾ ਰਹੀ ਆਪਣੇ ਟੈਕਸ ਜਿਹੜੇ? ਮੈਂ ਕਹਿੰਦਾ ਕਾਂਗਰਸ ਪਾਰਟੀ ਦਾ ਨਿਗੂਣਾ ਆਪਣਾ ਲੈ ਰਹੀ ਹੈ, ਸਾਨੂੰ 3 ਰੁਪਏ ਤੋਂ ਜਿਹੜਾ 33 ਰੁਪਏ ਚਲਾ ਗਿਆ ਉਹਨੂੰ ਤੁਸੀਂ ਕਹਿੰਦੇ ਨਹੀਂ? ਜੇ ਆਪਣਾ ਅਕਾਲੀ ਦਲ BJP ਜਿੰਨਾ ਵੈਟ ਛੱਡ ਕੇ ਗਈ ਸੀ, ਅੱਜ ਸਾਡਾ 1-2% ਉਦੋਂ ਵੱਧ ਵੈਟ ਵੱਧ ਹੋਊ, ਇਹ ਚੈਲੰਜ ਆ ਮੇਰਾ। ਜੇ ਉਦੋਂ ਵੱਧ ਵੈਟ ਹੋਇਆ ਤਾਂ ਅਸੀਂ ਅਕਾਲੀ ਦਲ ਦੇ ਦੇਣਦਾਰ ਹਾਂ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਜ਼ੀਰੋ ਲਾਈਨ TV ਦੇ ਲਈ ਰਿਪੋਰਟ।